हेलो जी, सत श्री अकाल जी सारिआं नूं। वेलकम बैक टू माई चैनल। तो अज की वीडियो की शुरुआत आपां कर रहे हैं जी मॉर्निंग तो। आपां धोण लगे हैं जी कपड़े। वो देखो जी कपड़े पए ने, पानी भर लिया है मशीन च भी, तो टप च भी, बाल्टी च भी। तो इतों आपां हजे झाड़ू कढ़नी है, सारी कढ़न वाली पई है। ਅਤੇ ਆਪਾਂ ਇੱਧਰ ਕੱਚੇ ਵਿਹੜੇ ਤੋਂ ਸਾਰੇ ਮੈਂ ਬੱਕਰ ਫੇਰ ਲਈ ਸੀ। ਅਤੇ ਸੂਰਜ ਆ ਦੇਖੋ ਜੀ ਚੜ੍ਹਾ ਆਇਆ ਇੰਨਾ। ਭਰਾਓ ਜੈਕੀ, ਜੈਕੀ ਆਪਣੀ ਮਸਤੀਆਂ ਕਰ ਰਿਹਾ, ਖੇਡ ਰਿਹਾ। ਅਤੇ ਹਜੇ ਅੰਦਰੋਂ ਕਲੀਨਿੰਗ ਕਰਨ ਵਾਲੀ ਪਈ ਹੈ ਸਾਰੀ। ਆ ਦੇਖੋ ਸਾਰਾ ਉਵੇਂ ਖਲਾਰਾ ਪਿਆ। ਅਤੇ ਇੱਥੋਂ ਆਪਾਂ ਕਰਦੇ ਹਾਂ ਹੁਣ ਕਲੀਨਿੰਗ। ਅਤੇ ਮੈਂ ਕਨੇ ਇੱਧਰੋਂ ਕਰ ਲਈ ਹੈ। ਧੁੱਪ ਸਾਡੇ ਜਾਂਦੀ ਹੈ ਸਿੱਧੀ ਕਮਰੇ 'ਚ ਅੰਦਰ। ਦੇਖੋ ਇੱਥੋਂ ਗਰਮੀਆਂ 'ਚ ਵੀ ਅਤੇ ਸਰਦੀਆਂ 'ਚ ਵੀ ਐਂ ਰਹਿੰਦੀ ਹੈ। ਅਤੇ ਆਹ ਨਹੀਂ ਜੀ ਮਿਰਚਾਂ ਕੱਲ੍ਹ ਲਈਆਂ ਸੀ, ਅਤੇ ਇਹਦੀਆਂ ਹੁਣ ਡੰਡੀਆਂ ਤੋੜ ਕੇ ਤਾਂ ਰੱਖਣੀਆਂ ਨੇ। ਡੰਡੀਆਂ ਧੋ ਕੇ ਫਿਰ ਆਪਾਂ ਇਹਨੂੰ ਰੱਖ ਦਾਂਗੇ। ਚਲੋ ਪਹਿਲਾਂ ਆਪਾਂ ਇਹਦੀਆਂ ਡੰਡੀਆਂ ਤੋੜਨੇ ਆ। ਚਲੋ ਆਪਾਂ ਪਹਿਲਾਂ ਮਿਰਚਾਂ ਦੀਆਂ ਡੰਡੀਆਂ ਤੋੜ ਲੈਂਦੇ ਹਾਂ ਬਹਿ ਕੇ। ਇਹਨਾਂ ਨੂੰ ਆਪਾਂ ਕੱਪੜੇ ਪਾ ਦਿੰਦੇ ਹਾਂ ਮਸ਼ੀਨ 'ਚ, ਅਤੇ ਨਾਲ ਨਾਲ ਧੁੱਪ ਜਾਣਗੇ ਅਤੇ ਨਾਲ ਹੀ ਆਪਾਂ ਇਹ ਕੰਮ ਕਰ ਲੈਂਦੇ ਹਾਂ। ਚਲੋ ਜੀ ਅਤੇ ਇੱਥੇ ਹੁਣ ਮੈਂ ਪਹਿਲਾਂ ਕੱਪੜੇ ਮਸ਼ੀਨ 'ਚ ਪਾ ਦੇਣੇ ਨੇ, ਨਾਲ ਨਾਲ ਕੱਪੜੇ ਧੁੱਪ ਜਾਣਗੇ। ਅਤੇ ਫਿਰ ਮੈਂ ਡੰਡੀਆਂ ਜਿਹੜੀਆਂ ਨੇ ਮਿਰਚਾਂ ਦੀਆਂ ਤੋੜ ਕੇ, ਅਤੇ ਫਿਰ ਆਪਾਂ ਧੋ ਕੇ ਅਤੇ ਇਹਨੂੰ ਰੱਖ ਦਾਂਗੇ 10-15 ਮਿੰਟ ਧੁੱਪ 'ਤੇ ਸੁੱਕ ਜਾਣਗੇ। ਅਤੇ ਫਿਰ ਆਪਾਂ ਇਹਨੂੰ ਫਰਿੱਜ 'ਚ ਰੱਖ ਦਾਂਗੇ। ਅਤੇ ਇੱਥੇ ਮੈਂ ਕੱਪੜੇ ਵਗੈਰਾ ਜਿਹੜੇ ਸੀਗੇ ਉਹ ਪੁੱਠੇ ਸਿੱਧੇ ਜੇ ਉਹ ਸਿੱਧੇ ਕਰਕੇ ਅਤੇ ਫਿਰ ਮੈਂ ਮਸ਼ੀਨ 'ਚ ਪਾ ਦੇਣਾ। ਅਤੇ ਉਸ ਤੋਂ ਬਾਅਦ ਫਿਰ ਮੈਂ ਡੰਡੀਆਂ ਤੋੜਾਂਗੀ। ਇੱਥੇ ਆਪਾਂ ਹੁਣ ਪਹਿਲਾਂ ਮਸ਼ੀਨ 'ਚ ਕੱਪੜੇ ਪਾ ਦਿੱਤੇ ਸੀਗੇ, ਮੈਂ ਕਿਹਾ ਚਲੋ ਨਾਲ ਨਾਲ ਉਹ ਧੁੱਪ ਜਾਣਗੇ। ਅਤੇ ਨਾਲ ਹੀ ਆਪਾਂ ਬਹਿ ਕੇ ਇੱਥੇ ਛਾਵੇਂ ਮੰਜੀ ਡਾਹੀ ਹੋਈ ਸੀ, ਅਤੇ ਕੋਲ ਹੀ ਮੈਂ ਕੱਪੜੇ ਰੱਖ ਲਏ ਸੀ। ਅਤੇ ਡੰਡੀਆਂ ਜਿਹੜੀਆਂ ਨੇ ਉਹ ਤੋੜ ਦੇਣੀ ਆ ਮਿਰਚਾਂ ਦੀਆਂ, ਅਤੇ ਫਿਰ ਮੈਂ ਇਹਨੂੰ ਧੋ ਕੇ ਰੱਖ ਦਾਂਗੀ। ਅਤੇ ਜੈਕੀ ਵੀ ਪਹਿਲਾਂ ਬੋਲ ਖੇਡ ਰਿਹਾ ਸੀ ਜਸ਼ਨ ਨਾਲ, ਅਤੇ ਕਦੇ ਜਦੋਂ ਮੈਂ ਬਾਹਰ ਬੈਠੀ ਹੋਵਾਂ ਫਿਰ ਮੇਰੇ ਕੋਲ ਆ ਕੇ ਬਹਿ ਜਾਂਦਾ ਹੁੰਦਾ ਇਹ ਕਈ ਵਾਰੀ। ਅਤੇ ਪਤਾ ਹੈ ਵੀ ਜਦੋਂ ਕੋਈ ਬਾਹਰ ਹੈ ਤਾਂ ਮੈਂ ਬਾਹਰ ਬਹਿਣਾ, ਜੇ ਅੰਦਰ ਚਲੇ ਜਾਈਏ ਤਾਂ ਅੰਦਰ ਬਹਿ ਜਾਂਦਾ ਜਾ ਕੇ ਸਾਡੇ ਕੋਲ। ਅਤੇ ਇੱਥੇ ਮੈਂ ਹੁਣ ਡੰਡੀਆਂ ਸਾਰੀਆਂ ਜਿਹੜੀਆਂ ਨੇ ਮਿਰਚਾਂ ਦੀਆਂ ਉਹ ਤੋੜਤੀਆਂ ਨੇ। ਅਤੇ ਫਿਰ ਇਸ ਤੋਂ ਬਾਅਦ ਮੈਂ ਕੱਪੜੇ ਧੋਣ ਦਾ ਹੀ ਕੰਮ ਕਰਨਾ ਸਾਰਾ। ਮਤਲਬ ਜਿਹੜਾ ਦੂਜਾ ਕੰਮ ਸੀਗਾ, ਇੱਕ ਕਮਰੇ ਦੀ ਸਫਾਈ ਸੀ ਉਹ ਮਹਿਕ ਨੇ ਕਰਤੀ ਸੀ, ਬਾਹਰੋਂ ਮੈਂ ਬੱਕਰ ਫੇਰਦੀ ਸੀ ਸਾਰੇ। ਅਤੇ ਨਾਲੇ ਨਾਲੇ ਮੈਂ ਕੱਪੜੇ ਧੋ ਲੈਣੇ ਨੇ, ਨਾਲੇ ਹੀ ਜਿਹੜੇ ਕਮਰੇ ਦਾ ਜਿਹੜੀ ਕਲੀਨਿੰਗ ਹੈ ਉਹ ਚੱਲਦੀ ਰਹੇਗੀ। ਅਤੇ ਇੱਥੇ ਮੈਂ ਡੰਡੀਆਂ ਹੁਣ ਤੋੜਤੀਆਂ ਨੇ, ਅਤੇ ਹੁਣ ਆਪਾਂ ਇਹਨੂੰ ਧੋ ਕੇ ਅਤੇ ਅੰਦਰ ਰੱਖ ਦਾਂਗੇ। 10-15 ਮਿੰਟ ਧੁੱਪ 'ਤੇ ਸੁੱਕ ਜਾਣਗੀਆਂ, ਅਤੇ ਫਿਰ ਮੈਂ ਇਹਨੂੰ ਫਰਿੱਜ 'ਚ ਰੱਖ ਦਾਂਗੀ।
ਇੱਥੇ ਆਪਾਂ ਹੁਣ ਬਣਾ ਰਹੇ ਹਾਂ, ਕੱਪੜੇ ਵਗੈਰਾ ਧੋ ਲਏ ਸੀ, ਹੁਣ ਬਣਾਵਾਂਗੇ ਸੂਜੀ ਦਾ ਡੋਸਾ। ਇਹ ਸੂਜੀ ਨੂੰ ਆਪਾਂ 10-15 ਮਿੰਟ ਲਈ ਆਪਾਂ ਭੇ ਕੇ ਰੱਖਤਾ ਸੀ, ਅਤੇ ਵਿੱਚ ਨਮਕ ਅਤੇ ਮਿਰਚ ਮਸਾਲਾ ਜੋ ਵੀ ਆਪਾਂ ਪਾਉਣਾ ਹੈ ਪਾਤਾ ਸੀ, ਅਤੇ ਇਹਦੇ ਵਿੱਚ ਮੈਂ ਪਿਆਜ਼ ਅਤੇ ਹਰੀ ਮਿਰਚ ਕੱਟ ਕੇ ਉਹ ਪਾ ਦਾਂਗੀ, ਅਤੇ ਨਾਲੇ ਟਮਾਟਰ ਅਤੇ ਥੋੜ੍ਹਾ ਜਿਹਾ ਹਰਾ ਧਨੀਆ। ਮੈਂ ਮੇਥੀ, ਇਹ ਮੇਥੀ ਲੱਗੀ ਹੋਈ ਸੀ ਥੋੜ੍ਹੀ ਜਿਹੀ, ਧਨੀਆ ਵੀ ਥੋੜ੍ਹਾ ਛੋਟਾ ਛੋਟਾ ਜਿਹਾ ਸੀ ਉਹ ਵੀ ਮੈਂ ਵਿੱਚ ਹੀ ਮੈਂ ਪਾਤਾ ਸੀ, ਅਤੇ ਹੁਣ ਆਪਾਂ ਬਣਾਵਾਂਗੇ ਸੂਜੀ ਦਾ ਡੋਸਾ। ਇਹ ਜਿਹੜਾ ਸੂਜੀ ਦਾ ਡੋਸਾ, ਇਹਨੂੰ 10-15 ਮਿੰਟ ਮੈਂ ਪਹਿਲਾਂ ਮੈਂ ਸੂਜੀ ਭਿਓ ਕੇ ਰੱਖਤੀ ਸੀ, ਅਤੇ ਇਹ ਪਿਆਜ਼ ਟਮਾਟਰ ਵਗੈਰਾ ਪਾ ਕੇ ਆਪਾਂ ਬਣਾ ਲੈਂਦੇ ਹਾਂ, ਜਿਵੇਂ ਬੇਸਣ ਦਾ ਚੀਲਾ ਬਣਦਾ, ਅਤੇ ਬਹੁਤ ਟੇਸਟੀ ਲੱਗਦਾ, ਇਹਨੂੰ ਆਪਾਂ ਚਾਹ ਨਾਲ ਜਾਂ ਸੋਸ ਨਾਲ ਆਪਾਂ ਖਾ ਸਕਦੇ ਹਾਂ, ਅਤੇ ਬਹੁਤ ਟੇਸਟੀ ਲੱਗਦਾ। ਜਿਵੇਂ ਆਪਾਂ ਬੇਸਣ ਦਾ ਚੀਲਾ ਬਣਾਉਂਦੇ ਹਾਂ ਉਸੇ ਤਰੀਕੇ ਨਾਲ ਹੀ ਇਹ ਬਣਦਾ, ਅਤੇ ਥੋੜ੍ਹਾ ਜਿਹਾ ਟਾਈਮ ਘੱਟ ਸੀਗਾ, ਮੈਂ ਕਿਹਾ ਚਲੋ ਜਲਦੀ ਜਲਦੀ ਬਣ ਜਾਏਗਾ, ਉਧਰੋਂ ਮੈਂ ਕੱਪੜੇ ਵਗੈਰਾ ਧੋਤੇ ਸੀ, ਅਤੇ ਟਾਈਮ ਤੁਹਾਨੂੰ ਪਤਾ ਹੀ ਇਹ ਵੀ ਬਹੁਤ ਹੋ ਜਾਂਦਾ ਜਦੋਂ ਕੱਪੜੇ ਆਪਾਂ ਧੋਣ ਲੱਗ ਜਾਈਏ, ਅਤੇ ਸਾਰਾ ਦਿਨ ਹੀ ਬੀਤ ਜਾਂਦਾ, ਅਤੇ ਕੁਛ ਦਿਨ ਵੈਸੇ ਛੋਟੇ ਹੋ ਗਏ ਨੇ। ਅਤੇ ਇੱਥੇ ਹੁਣ ਮੈਂ ਬਣਾ ਰਹੀ ਹਾਂ ਜੀ ਸੂਜੀ ਦਾ ਸਿੰਪਲ ਡੋਸਾ, ਅਤੇ ਚਲੋ ਜੀ ਇਸ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ, ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਰੱਬ ਰਾਖਾ ਜੀ।